ਸਰ ਜਗਿੰਦਰਾ ਸਿੰਘ ਵਾਇਸ ਰਾਏ ਦੇ ਐਗਜ਼ੈਕਟਿਵ ਕੌਂਸਲ ਦੇ ਸਿੱਖ ਮੈਂਬਰ ਸਨ। ਉਹ ਬੜੇ ਉੱਚ ਬੁੱਧੀ ਧੀਰਜ ਸੁਭਾਅ ਤੇ ਸ਼ਰਧਾਪਨ ਸਿੱਖ ਸਨ। ਉਹ ਅੰਗਰੇਜ਼ਾਂ ਦੇ ਭਾਰਤ ਛੱਡਣੇ ਸਮੇਂ ਸਿੱਖਾਂ ਨੂੰ ਖਾਲਿਸਤਾਨ ਦਵਾਉਣਾ ਚਾਹੁੰਦੇ ਸਨ। ਉਸ ਸਮੇਂ ਇੰਗਲੈਂਡ ਦਾ ਨਵਾਂ ਪ੍ਰਧਾਨ ਮੰਤਰੀ ਐਂਟਲੀ ਉਧਾਰ ਵਿਚਾਰਾਂ ਦਾ ਸੀ। ਉਹ ਭਾਰਤੀਆਂ ਦੀ ਸਮੱਸਿਆ ਭਾਰਤੀਆਂ ਦੀ ਇੱਛਾ ਅਨੁਸਾਰ ਸਲਝਾਉਣਾ ਚਾਹੁੰਦਾ ਸੀ। ਉਸ ਨੇ ਭਾਰਤ ਵਿੱਚ ਤਿੰਨ ਮੈਂਬਰਾਂ ਦਾ ਕੈਬਨਟ ਮਿਸ਼ਨ ਭੇਜਿਆ। ਸਰ ਜਗਿੰਦਰਾ ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਕਿਹਾ ਕਿ ਮੈਂ ਕੈਬਨਟ ਮਿਸ਼ਨ ਦੇ ਵਜ਼ੀਰਾਂ ਨੂੰ ਆਪਣੇ ਘਰ ਰਾਤ ਦੇ ਖਾਣੇ ਉੱਤੇ ਬ ਉਸ ਖਾਣੇ ਉੱਤੇ ਹੀ ਸਭ ਗੱਲਬਾਤ ਦੀ ਨੀ ਰੱਖਾਂਗਾ ਮੈਂ 2 ਦਿਨ ਹੋਏ ਇਹ ਇਸ਼ਾਰਾ ਅੰਮ੍ਰਿਤਸਰ ਵੀ ਲਿਖ ਭੇਜਿਆ ਹੈ ਪਰ ਦੂਸਰੇ ਦਿਨ 11 ਕ ਵਜੇ ਜਦੋਂ ਸਰਦਾਰ ਕਪੂਰ ਸਿੰਘ ਸਰ ਜਗਿੰਦਰਾ ਸਿੰਘ ਦੀ ਕੋਠੀ ਪੁੱਜੇ ਤਾਂ ਸਰ ਜਗਿੰਦਰਾ ਸਿੰਘ ਨੇ ਉਹਨਾਂ ਨੂੰ ਆਪਣੀ ਜੇਬ ਵਿੱਚੋਂ ਇੱਕ ਤਾਰ ਕੱਢ ਕੇ ਪੜਾਈ ਉਸ ਉੱਪਰ ਲਿਖਿਆ ਸੀ ਤੁਹਾਨੂੰ ਕੈਬਨਟ ਮਿਸ਼ਨ ਨਾਲ ਸਿੱਖਾਂ ਬਾਰੇ ਕੋਈ ਗੱਲਬਾਤ ਕਰਨ ਦਾ ਅਧਿਕਾਰ ਪੰਥ ਵੱਲੋਂ ਨਹੀਂ ਹੈ ਕਰੋਗੇ ਤਾਂ ਅਕਾਲੀ ਦਲ ਤੁਹਾਡੀ ਜਹੀ ਤਹੀ ਫੇਰੇਗਾ ਗਿਆਨੀ ਕਰਤਾਰ ਸਿੰਘ ਸ਼੍ਰੋਮਣੀ ਅਕਾਲੀ ਦਲ